ਮੇਰਾ ਨਾਮ ਸੋਨੀਆ ਹੈ, ਮੇਰਾ ਪਿੰਡ ਹੈ ਦਗਨ ਪਿੰਡ ਰਹਿਣ ਵਾਲੀ ਦੀ ਹੈ। ਮੇਰੀ ਪ੍ਰੋਬਲਮ ਸੀ ਬੱਚੇਦਾਨੀ 'ਚ, ਰਸੂਲੀਆਂ ਦੀ ਪ੍ਰੋਬਲਮ ਸੀ। ਮੈਂ ਕਾਫੀ ਡਾਕਟਰਾਂ ਕੋਲ ਗਈ ਸੀ, ਮਗਰ ਕਿਸੇ ਡਾਕਟਰ ਨੇ ਮੈਨੂੰ ਕੋਈ ਚੰਗੀ ਸਲਾਹ ਨਹੀਂ ਦਿੱਤੀ। ਉਸ ਤੋਂ ਬਾਅਦ ਮੈਨੂੰ ਇੱਥੇ ਦਾ ਪਤਾ ਲੱਗਿਆ ਹੈ SS ਮੈਡੀਸਿਨ ਦੀ, ਇੱਥੇ ਮੈਨੂੰ ਭੇਜ ਕੇ ਡਾਕਟਰ ਹਰਜੀਤ ਸਿੰਘ ਦੇ ਨਾਲ ਉਹਨਾਂ ਨੇ ਮੈਂ ਟੈਸਟ ਕੀਤੇ, ਮੇਰੀ ਰਿਪੋਰਟਾਂ ਸਾਰੀਆਂ ਦੇਖ ਕੇ ਅਤੇ ਕਹਿੰਦੇ ਐਪਰੇਟ ਹੋਣਾ ਤੁਹਾਡਾ। ਉਹਨਾਂ ਮੈਨੂੰ ਫਿਰ ਐਡਮਿਟ ਕਰਤਾ ਹੈ। ਉਹ ਐਪਰੇਟ ਹੋ ਕੇ ਮੇਰਾ ਚੰਗੀ ਤਰ੍ਹਾਂ ਉਹਨਾਂ ਨੇ ਧਿਆਨ ਰੱਖਿਆ ਹੈ। ਇਹਨਾਂ ਦਾ ਸਟਾਫ ਵੀ ਜੋ ਬਹੁਤ ਨਾਈਸ ਹੈ, ਸਾਫ਼ ਸਫਾਈ ਬਹੁਤ ਹੈ, ਹਰ ਚੀਜ਼ ਦਾ ਧਿਆਨ ਰੱਖਦੇ ਹੈ ਇਹ। ਮੈਂ ਇਹੀ ਚਾਹੁੰਦੀ ਸਾਰਿਆਂ ਨੂੰ, ਜੋ ਹੈ ਕਿਸੇ ਨੂੰ ਪ੍ਰੋਬਲਮ ਹੈ ਤਾਂ ਉਹ ਇਸ ਹਸਪਤਾਲ 'ਚ ਜ਼ਰੂਰ ਆ ਕੇ ਮਿਲੇ।